ਕੋਰੋਨਾ ਮਹਾਮਾਰੀ ਦੀ ਸਭ ਤੋਂ ਵੱਧ ਮਾਰ ਗਰੀਬ ਵਰਗ ਤੇ ਪਈ ਹੈ। ਇਸ ਮਹਾਮਾਰੀ ਨੇ ਪਹਿਲਾਂ ਤੋਂ ਹੀ ਆਰਥਿਕ ਤੰਗੀ ਨਾਲ ਜੂਝ ਰਹੇ ਗਰੀਬ ਵਰਗ ਨੂੰ ਹੋਰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਗੱਲ ਕੀਤੀ ਜਾਵੇ ਜੇਕਰ ਰੇੜੀ ਵਾਲਿਆਂ ਦੀ ਤਾਂ ਕੋਰੋਨਾ ਕਾਰਨ ਉਹਨਾਂ ਲਈ ਆਪਣਾ ਧੰਦਾ ਕਰਨਾ ਕਾਫੀ ਔਖਾ ਹੋ ਗਿਆ ਹੈ, ਜਿਸ ਦੇ ਚੱਲਦਿਆਂ ਹੁਣ ਉਹਨਾਂ ਨੂੰ ਸਮਝ ਨਹੀਂ ਆ ਰਹੀ ਕਿ ਉਹ ਕਿਸ ਤਰ੍ਹਾਂ ਆਪਣੇ ਪਰਿਵਾਰਾਂ ਦਾ ਪੇਟ ਪਾਲਣ। ਇਸ ਬਾਰੇ ਵਿੱਚ ਜਦੋਂ ਰੇੜੀ ਵਾਲਿਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਕੋਰੋਨਾ ਕਾਰਨ ਹੁਣ ਲੋਕ ਬਹੁਤ ਹੀ ਵਹਿਮ ਕਰਨ ਲੱਗ ਪਏ ਹਨ। ਉਹਨਾਂ ਦੱਸਿਆ ਕਿ ਪਹਿਲਾਂ ਜਿਹੜੇ ਲੋਕ ਗੋਲਗੱਪੇ, ਚਾਟ ਅਤੇ ਹੋਰ ਸਮਾਨ ਖਾਣ ਦੇ ਬੇਹੱਦ ਸ਼ੌਕੀਨ ਸਨ, ਉਹ ਹੁਣ ਇਹਨਾਂ ਸਭ ਨੂੰ ਖਾਣ ਤੋਂ ਬਚ ਰਹੇ ਹਨ। ਕਿੰਨਾ ਕੁ ਨੁਕਸਾਨ ਹੋ ਗਿਆ ਤੁਹਾਡਾ? ਬੜਾ ਨੁਕਸਾਨ ਹੈ, ਹੁਣ ਤਾਂ ਕੋਈ ਦੋ ਤਿੰਨ ਚਾਰ ਮਹੀਨੇ ਹੋ ਗਏ, ਰੋਟੀ ਰੋਟੀ ਚੱਲ ਰਹੀ ਹੈ, ਅਜੇ ਕੰਮ ਕੁੰਮ ਤਾਂ ਬਹੁਤ ਕੰਮ ਗਿਆ, ਸਕੂਲ ਸਕੂਲ ਲੱਗ ਨਹੀਂ ਰਿਹਾ, ਸਾਰਾ ਕੰਮ ਬੰਦ ਹੀ ਸਮਝੋ। ਕਿਉਂ ਨਹੀਂ ਲੋਕ ਖਾ ਰਹੇ? ਇਹੋ ਹੀ ਬਿਮਾਰੀ ਕਰਕੇ ਲੋਕ ਘੱਟ ਵੱਧ ਬਾਹਰ ਦੀ ਚੀਜ਼ਾਂ ਪਸੰਦ ਕਰ ਰਹੇ ਹੈ। ਤੁਹਾਡਾ ਕਿੱਦਾਂ ਚੱਲਦਾ? ਹੁਣ ਜੇ ਹੈ ਕਿ ਚਲੋ ਰੋਟੀ ਪਾਣੀ ਚੱਲ ਰਿਹਾ ਹੈ, ਬਾਕੀ ਤਾਂ ਕੰਮ ਸਾਰਾ ਦਿਹਾੜੀ ਕੱਟ ਹੀ ਗਿਆ ਹੈ। ਹਾਂਜੀ, ਲੱਗਦੀ ਹੈ ਤੁਹਾਡੀ ਆਈਸਕ੍ਰੀਮ ਕਿੰਨਾ ਕੁ ਲੱਗਦੀ ਹੈ? ਘੱਟ ਵੱਧ ਜੀ, ਬਿਲਕੁਲ। ਕਿਉਂ, ਵਜ੍ਹਾ ਕੀ? ਵਜ੍ਹਾ ਇਹੋ ਜਿਹੜੀ ਮਹਾਮਾਰੀ ਚੱਲੀ ਆ ਕਰੋਨਾ ਕਰਕੇ, ਜਿਸ ਤਰ੍ਹਾਂ ਮਰਜ਼ੀ ਸਮਝ ਲਓ ਜੀ, ਵਹਿਮ ਸਮਝ ਲਓ, ਜਾਗਰੂਕ ਸਮਝ ਲਓ। ਸਾਡਾ ਕਿੰਨਾ ਨੁਕਸਾਨ ਹੋ ਰਿਹਾ? ਸਾਡਾ ਜੀ 3 ਮਹੀਨੇ ਹੋ ਗਏ, ਨੁਕਸਾਨ ਹੀ ਨੁਕਸਾਨ ਹੋ ਰਿਹਾ ਜੀ। ਆਈਸਕ੍ਰੀਮ ਤਾਂ ਗਰਮੀਆਂ ਵਿੱਚ ਸਭ ਤੋਂ ਵੱਧ ਲੱਗਦੀ ਹੈ। ਹਾਂਜੀ, ਗਰਮੀਆਂ ਸੀਜ਼ਨ ਸਾਰਾ ਬਰਬਾਦ ਹੋ ਗਿਆ ਬਿਮਾਰੀ ਕਰਕੇ। ਤੁਹਾਡੀ ਮੰਗ ਕੀ ਹੈਗੀ? ਸਾਡੀ ਮਹਾਰਾਜ ਮੰਗ ਕੀ ਹੈ ਜੀ, ਬਿਮਾਰੀ ਆ, ਹੁਣ ਇਹ ਹਟੇਗੀ ਤੇ ਫਿਰ ਹੀ ਕਾਰੋਬਾਰ ਚੱਲਣ ਦੇ। ਦੇਸ਼ ਦੁਨੀਆ ਤੇ ਕੋਰੋਨਾ ਮਹਾਮਾਰੀ ਦਾ ਅਸਰ, ਇਹ ਜ਼ਰੂਰੀ ਹੈ ਕਿ ਤੁਹਾਨੂੰ ਮਿਲੇ ਸਹੀ ਜਾਣਕਾਰੀ ਅਤੇ ਪਤਾ ਹੋਵੇ ਸੱਚੀ ਖਬਰ। ਅਜੀਤ ਵੈਬ ਟੀਵੀ ਦੇ ਸੈਂਕੜੇ ਪੱਤਰਕਾਰਾਂ ਦੀ ਹੈ ਹਰ ਪਲ, ਹਰ ਜਗ੍ਹਾ ਤੇ ਹਰ ਸਥਿਤੀ ਤੇ ਪੈਣੀ ਨਜ਼ਰ। ਪਿੰਡ, ਕਸਬਾ, ਸ਼ਹਿਰ ਹੋਵੇ ਜਾਂ ਦੇਸ਼ ਵਿਦੇਸ਼, ਅਸੀਂ ਜੁੜੇ ਹਾਂ ਤੁਹਾਡੇ ਨਾਲ ਅਖਬਾਰਾਂ ਤੇ ਸੋਸ਼ਲ ਮੀਡੀਆ ਰਾਹੀਂ। ਕਲਮ ਦੀ ਤਾਕਤ ਤੇ ਵੈਬ ਟੀਵੀ ਦੇ ਮਾਧਿਅਮ ਦੇ ਨਾਲ ਹਰ ਜਨ ਤੱਕ ਪਹੁੰਚਾਵਾਂਗੇ ਹਰ ਮਨ ਦੀ ਆਵਾਜ਼। ਹਰ ਆਮੋ ਖਾਸ ਤੇ ਹਕੂਮਤ ਨੂੰ ਵੀ ਕਰਾਂਗੇ ਸਵਾਲ ਜਵਾਬ, ਆਪ ਨਹੀਂ ਤਾਂ ਪਹੁੰਚੇਗੀ ਸਾਡੀ ਵੀਡੀਓ ਕਾਲ। ਅਫਵਾਹਾਂ ਤੋਂ ਬਚੋ ਅਤੇ ਸੱਚੀਆਂ ਤੇ ਸਹੀ ਖਬਰਾਂ ਦੇ ਲਈ ਜੁੜੇ ਰਹੋ ਅਜੀਤ ਵੈਬ ਟੀਵੀ ਦੇ ਨਾਲ। ਦੇਸ਼ ਦੁਨੀਆ ਤੇ ਕੋਰੋਨਾ ਮਹਾਮਾਰੀ ਦਾ ਅਸਰ, ਇਹ ਜ਼ਰੂਰੀ ਹੈ ਕਿ ਤੁਹਾਨੂੰ ਮਿਲੇ ਸਹੀ ਜਾਣਕਾਰੀ ਅਤੇ ਪਤਾ ਹੋਵੇ ਸੱਚੀ ਖਬਰ। ਅਜੀਤ ਵੈਬ ਟੀਵੀ ਦੇ ਸੈਂਕੜੇ ਪੱਤਰਕਾਰਾਂ ਦੀ ਹੈ ਹਰ ਪਲ, ਹਰ ਜਗ੍ਹਾ ਤੇ ਹਰ ਸਥਿਤੀ ਤੇ ਪੈਣੀ ਨਜ਼ਰ। ਪਿੰਡ, ਕਸਬਾ, ਸ਼ਹਿਰ ਹੋਵੇ ਜਾਂ ਦੇਸ਼ ਵਿਦੇਸ਼, ਅਸੀਂ ਜੁੜੇ ਹਾਂ ਤੁਹਾਡੇ ਨਾਲ ਅਖਬਾਰਾਂ ਤੇ ਸੋਸ਼ਲ ਮੀਡੀਆ ਰਾਹੀਂ। ਕਲਮ ਦੀ ਤਾਕਤ ਤੇ ਵੈਬ ਟੀਵੀ ਦੇ ਮਾਧਿਅਮ ਦੇ ਨਾਲ ਹਰ ਜਨ ਤੱਕ ਪਹੁੰਚਾਵਾਂਗੇ ਹਰ ਮਨ ਦੀ ਆਵਾਜ਼। ਹਰ ਆਮੋ ਖਾਸ ਤੇ ਹਕੂਮਤ ਨੂੰ ਵੀ ਕਰਾਂਗੇ ਸਵਾਲ ਜਵਾਬ, ਆਪ ਨਹੀਂ ਤਾਂ ਪਹੁੰਚੇਗੀ ਸਾਡੀ ਵੀਡੀਓ ਕਾਲ। ਅਫਵਾਹਾਂ ਤੋਂ ਬਚੋ ਅਤੇ ਸੱਚੀਆਂ ਤੇ ਸਹੀ ਖਬਰਾਂ ਦੇ ਲਈ ਜੁੜੇ ਰਹੋ ਅਜੀਤ ਵੈਬ ਟੀਵੀ ਦੇ ਨਾਲ।